ਬਾਜੀ ਕੋਮ ਟੀਵੀ ਦੇਖ ਰਹੇ ਤੁਸੀਂ ਮੈਂ ਸਨੀਮਾਨ ਅੱਜ ਬੜੇ ਦੁਖੀ ਮਨ ਦੇ ਨਾਲ ਤੁਹਾਡੇ ਮੁਖਾਤਿਬ ਹੋ ਰਿਹਾ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦੇ ਵਿੱਚ ਬਾਬਾ ਚੰਦ ਸਿੰਘ ਦੇ ਘਰ ਬੈਠਾ ਇਹਨਾਂ 'ਤੇ ਜਿਹੜਾ ਬੜਾ ਦੁੱਖਾਂ ਦਾ ਕਹਿਰ ਢਹਿ ਗਿਆ ਇਹਨਾਂ ਦੇ ਬੱਚਾ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਅਤੇ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ ਕਿ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਸ ਤਰ੍ਹਾਂ ਦੇ ਕੀ ਕਾਰਨ ਸੀਗੇ ਜਿਹੜਾ ਇਹਨਾਂ ਦਾ ਬੱਚਾ ਗੁਜ਼ਰ ਗਿਆ ਬਾਬਾ ਜੀ ਕੀ ਗੱਲਬਾਤ ਸੀ ਆਪਣਾ ਬੱਚਾ ਕਿੰਨੇ ਟਾਈਮ ਤੋਂ ਬਿਮਾਰ ਸੀ ਇਹ ਬੇਨਤੀ ਕਰਦੇ ਹਾਂ ਜੀ ਇਹਨੂੰ 7 ਸਾਲ ਹੋ ਗਏ ਇਹਨੂੰ ਹਾਰਟ ਅਟੈਕ ਦੀ ਪ੍ਰੋਬਲਮ ਸੀ ਇਹਦੀ ਦਵਾਈ PGI 'ਚੋਂ ਚੰਡੀਗੜ੍ਹ ਤੋਂ ਚੱਲਦੀ ਸੀ ਜੀ ਜਦੋਂ ਦਵਾਈ ਮੁੱਕ ਜਾਂਦੀ ਸੀ ਮੈਂ ਲਿਆਉਂਦਾ ਸੀ ਕਿਉਂ ਇਹ ਤੁਰ ਫਿਰ ਨਹੀਂ ਸਕਦਾ ਸੀ ਮੈਂ ਇਹਨੂੰ ਇਸ ਕਰਕੇ ਲਿਜਾਂਦਾ ਨਹੀਂ ਸੀ ਮੈਂ ਆਪ ਹੀ ਮਹੀਨੇ ਦੀ ਦਵਾਈ ਲਿਆਉਂਦਾ ਸੀ ਇਹਦੀ ਮਹੀਨੇ ਤੋਂ ਮੈਂ ਫੇਰ ਵਗ ਜਾਂਦਾ ਸੀ ਕਿ ਉਸ ਤੋਂ ਬਾਅਦ ਹੁਣ ਇਹਨੂੰ ਮਤਲਬ ਕਿ ਮਹੀਨੇ ਡੇਢ ਮਹੀਨੇ ਦੀ ਪ੍ਰੋਬਲਮ ਸੀ ਜ਼ਿਆਦਾ ਇਹਨੂੰ ਜ਼ਿਆਦਾ ਬਿਮਾਰੀਆਂ ਵੱਧ ਗਈਆਂ ਇਹਨੂੰ ਮਤਲਬ ਹਾਰਟ ਤੋਂ ਵੀ ਜ਼ਿਆਦਾ ਇਹ ਬਿਮਾਰੀਆਂ ਵੱਧ ਗਈਆਂ ਨਾ ਇਹਨੂੰ ਇਨਫੈਕਸ਼ਨ ਵੀ ਜ਼ਿਆਦਾ ਇਹਨੂੰ ਸ਼ੂਗਰ ਵੀ ਆ ਗਿਆ ਇਹਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਗੁਰਦਿਆਂ ਦੀ ਬਿਮਾਰੀ ਵੀ ਆ ਗਈ ਉਸ ਕਰਕੇ ਇਹਨੂੰ ਜ਼ਿਆਦਾ ਬਿਮਾਰੀਆਂ ਫੈਲਣ ਕਰਕੇ ਜੀ ਇਹਦੀ ਡੈਥ ਹੋ ਗਈ ਇਸ ਕਰਕੇ ਥੋੜ੍ਹਾ ਜਿਹਾ ਜਿਹੜੀ ਮੇਰੀ ਨੂੰਹ ਹੈ ਉਹਦਾ ਵੀ ਓਪਰੇਸ਼ਨ ਹੋਇਆ ਉਹਨੂੰ ਐਤਕੀ ਚੌਲ ਲਾਉਂਦੀ ਨੂੰ ਪਤਾ ਨਹੀਂ ਕੀ ਕਾਰਨ ਬਣਿਆ ਕੋਈ ਕੁਦਰਤ ਨੇ ਐਸਾ ਕਰਿਆ ਉਹਦੀ ਵੀ ਕੋਈ ਬਿਮਾਰੀ ਕੈਂਸਲ ਵਾਂਗੂ ਫੈਲ ਗਈ ਜੀ ਉਹਦਾ ਵੀ ਓਪਰੇਸ਼ਨ ਕਰਿਆ ਹੋਇਆ ਪਤਾ ਨਹੀਂ ਵੀ ਕੀ ਬਿਮਾਰੀ ਸੀ ਪਰ ਕੈਂਸਲ ਤਾਂ ਹੈ ਨਹੀਂ ਸੀ ਅਤੇ ਉਹਦੇ ਕੋਈ ਨਾ ਕੋਈ ਇਸਲੇ ਪਿਛਲੇ ਪਾਸੇ ਬੱਖੀ 'ਚ ਕੋਈ ਐਸੀ ਗੰਢ ਬਣੀ ਉਹਦੇ ਵੀ ਬਹੁਤ ਅਸੀਂ ਡਾਕਟਰਾਂ ਦੇ ਚੱਕੀ ਫਿਰੇ 10-20 ਡਾਕਟਰਾਂ ਦੇ ਲਗਾਏ ਕਿਤੋਂ ਇਲਾਜ ਨਾ ਹੋਇਆ ਆਖਰ ਅਸੀਂ ਬਠਿੰਡੇ ਇੱਕ ਗੁਰਦੇਵ ਹਸਪਤਾਲ ਹੈ ਉਹਦੇ ਵਿੱਚ ਲਿਜਾ ਕੇ ਅਸੀਂ ਉਹਦਾ ਇਲਾਜ ਕਰਾਇਆ ਉੱਥੋਂ ਉਹਦਾ ਓਪਰੇਸ਼ਨ ਹੋਇਆ ਉਸ ਓਪਰੇਸ਼ਨ ਦੇ ਨਾਲ ਉਹ ਮਾੜਾ ਜਿਹਾ ਠੀਕ ਹੋਈ ਪਰ ਹਾਲੇ ਵੀ ਉਹ ਤੋਂ ਤੁਰ ਫਿਰ ਨਹੀਂ ਹੁੰਦਾ ਹਾਲੇ ਵੀ ਉਹ ਮਤਲਬ ਉਹਦੇ ਉੱਤੇ ਤੁਰਦੀ ਹੈ ਜਿਹੜੇ ਉਹ ਕੜਕਾ ਜਿਹਾ ਬਣਿਆ ਹੁੰਦਾ ਜੀ ਮਤਲਬ ਕੀ ਬੋਲਦੇ ਨੇ ਉਹਨੂੰ ਮੇਰੇ ਤਾਂ ਨਾਂ ਯਾਦ ਨਹੀਂ ਕਿਉਂ ਮੈਂ ਥੋੜ੍ਹਾ ਜਿਹਾ ਅਨਪੜ੍ਹ ਹੀ ਬੰਦਾ ਅਤੇ ਉਸ ਕਰਕੇ ਮਾੜਾ ਮੋਟਾ ਜੇ ਬਾਹਰ ਅੰਦਰ ਜਾਂਦੀ ਹੈ ਉਹਦੇ 'ਤੇ ਜਾਂਦੀ ਹੈ ਜੀ ਉਹ ਤੋਂ ਬਿਲਕੁਲ ਤੋਰਾ ਫੇਰਾ ਨਹੀਂ ਹੁੰਦਾ ਫਿਰ ਨਿੱਕੇ ਨਿੱਕੇ ਬੱਚੇ ਨੇ ਇੱਕ ਬੱਚਾ 2.5 ਸਾਲ ਦਾ ਹੈ ਇੱਕ ਬੱਚਾ 7 ਸਾਲ ਦਾ ਹੈ ਇਹਨਾਂ ਦਾ ਕਰਕੇ ਮੈਂ ਬਿਰਧ ਮੰਦਾ ਕਿ ਮੈਂ ਵੀ ਕੋਈ ਕੰਮ ਕਾਰ ਨਹੀਂ ਕਰ ਸਕਦਾ ਇਸ ਕਰਕੇ ਬੇਨਤੀ ਹੈ ਕੋਈ ਵੀ ਜੋ ਸਰਕਾਰ ਹੈ ਜਾਂ ਮੇਰੇ ਵੀਰ ਕਲੱਬ ਵਾਲੇ ਨਾ ਜਾਂ ਕੋਈ ਵੀ ਭੈਣ ਭਾਈ ਹੈ ਇਹਨਾਂ ਦੀ ਮਦਦ ਕਰੋ ਇਸ ਕਰਕੇ ਕਿਉਂ ਮੈਂ ਨਹੀਂ ਕੁਛ ਕਰ ਸਕਦਾ ਕਿ ਉਹ ਲਟਕੀ ਨਹੀਂ ਕਰ ਸਕਦੀ ਇਸ ਕਰਕੇ ਹੱਥ ਬੰਨ ਕੇ ਬੇਨਤੀ ਹੈ ਸਾਰਿਆਂ ਨੂੰ ਆਓ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰ ਦੇ ਹਾਲਾਤਾਂ ਬਾਰੇ ਬਾਬਾ ਜੀ ਨੇ ਜਾਣੂ ਕਰਵਾਇਆ ਜਿਵੇਂ ਕਿ ਇਹਨਾਂ ਦੱਸ ਕੇ ਇਹਨਾਂ ਦੀ ਨੂੰਹ ਰਾਣੀ ਭੈਣ ਮਨਪ੍ਰੀਤ ਕੌਰ ਜਿਨ੍ਹਾਂ ਦੇ ਕਿ ਪਤੀ ਦੀ ਡੈਥ ਹੋਈ ਹੈ ਉਹ ਆਪ ਵੀ ਬਿਲਕੁਲ ਚੱਲਣ ਫਿਰਨ ਦੇ ਵੀ ਸਮਰੱਥ ਨਹੀਂ ਹੈਗੇ ਤੁਸੀਂ ਦੇਖ ਸਕਦੇ ਹੋ ਇਹ ਵਕਤ ਕੋਸ਼ਿਸ਼ ਕੀਤੀ ਸੀ ਪਰ ਜਿਹੜਾ ਜ਼ਿਆਦਾ ਜਜ਼ਬਾਤੀ ਹੋ ਗਏ ਉਹਨਾਂ ਤੋਂ ਗੱਲਬਾਤ ਨਹੀਂ ਹੋ ਰਹੀ ਇਹਨਾਂ ਦਾ ਸਾਰੇ ਪਰਿਵਾਰ ਦੀ ਬਸ ਇਹੀ ਮੰਗ ਹੈ ਕਿ ਇਹਨਾਂ ਦੀ ਕੋਈ ਮਦਦ ਕੀਤੀ ਜਾਵੇ ਜਿਹੜਾ ਇਹਨਾਂ ਦੇ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਇੱਕੋ ਹੀ ਬੰਦਾ ਸੀ ਜਿਹਨਾਂ ਦੀ ਡੈਥ ਹੋ ਗਈ ਹੁਣ ਆਹ ਛੋਟੇ ਛੋਟੇ ਬੱਚੇ ਹੈ ਇਹਨਾਂ ਦੇ ਕੋਈ ਬਾਬਾ ਜੀ ਬਜ਼ੁਰਗ ਹੋ ਰਹੇ ਨੇ ਕੋਈ ਕਮਾਉਣ ਵਾਲਾ ਬੰਦਾ ਨਹੀਂ ਹੈਗਾ ਤਾਂ ਮੇਰੀ ਫਿਰ ਆਪਣੇ ਵੱਲੋਂ ਵੀ ਮੈਂ ਇਹੀ ਬੇਨਤੀ ਕਰਦਾ ਕਿ ਜ਼ਰੂਰ ਕੋਈ ਸਮਾਜ ਸੇਵੀ ਜਾਂ ਕੋਈ ਜ਼ਿੰਮੇਵਾਰ ਕੋਈ ਪ੍ਰਸ਼ਾਸਨ ਦਾ ਕੋਈ ਵੀ ਜ਼ਿੰਮੇਵਾਰ ਜਿਹੜਾ ਵੀ ਅਹੁਦੇਦਾਰ ਕੋਈ ਵੀ ਵਿਅਕਤੀ ਜ਼ਿੰਮੇਵਾਰ ਹੈ ਉਹ ਇਹਨਾਂ ਦੀ ਜ਼ਰੂਰ ਮਦਦ ਕਰੇ ਤਾਂ ਜੋ ਇਹਨਾਂ ਬੱਚਿਆਂ ਦਾ ਗੁਜ਼ਾਰਾ ਹੋ ਸਕੇ ਬਸ ਇਸੇ ਪਿੰਡ ਦੇ ਵਸਨੀਕ ਵੀਰ ਮੱਖਣ ਸਿੰਘ ਮੇਰੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਇਹ ਜਿਹੜਾ ਪਰਿਵਾਰ ਦੇ ਕੀ ਕਿਸ ਤਰ੍ਹਾਂ ਦਾ ਮਾਹੌਲ ਹੈ ਅਤੇ ਕਿਸ ਤਰ੍ਹਾਂ ਇਹਨਾਂ ਦੀ ਆਰਥਿਕ ਸਥਿਤੀ ਹੈ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਵੀ ਜੀ ਕੀ ਮਾਹੌਲ ਹੈ ਇਹਨਾਂ ਦੇ ਘਰ ਦਾ ਘਰ ਦੇ ਹਾਲਾਤ ਵੀਰੇ ਬਹੁਤ ਨਾਜ਼ੁਕ ਨੇ
ਇਹੀ ਬੇਨਤੀ ਕਰਦੇ ਹਾਂ, ਕਿਸੇ NRI ਵੀਰ ਹੋਵੇ ਜਾਂ ਕੋਈ ਹੋਰ ਹੋਵੇ ਪਿੰਡ ਦਾ ਵਸਨੀਕ ਹੋਵੇ, ਵੀ ਆਹ ਬੱਚਿਆਂ ਦੇ ਚੰਗੇ ਭਵਿੱਖ ਲਈ ਅਸੀਂ ਇਹੀ ਬੇਨਤੀ ਕਰ ਰਹੇ ਹਾਂ ਵੀ ਕੋਈ ਨਾ ਕੋਈ ਇਹਨਾਂ ਦੀ ਜ਼ਰੂਰ ਬਾਂਹ ਫੜੀ ਜਾਵੇ। ਕੋਈ ਵਾਲੀ ਨਹੀਂ, ਅਸੀਂ ਮਦਦ ਕਹਿੰਦੇ 5-7 ਹਜ਼ਾਰ ਰੁਪਏ ਦੀ ਮਹੀਨੇ ਦੀ ਹੋਈ ਜਾਵੇ ਜੀ, ਆਹ ਬੱਚਿਆਂ ਦਾ ਚਲ ਪਾਲਣ ਪੋਸ਼ਣ ਹੋਈ ਜਾਵੇ, ਵੀ ਬੱਚਿਆਂ ਦੀ ਮਾਂ ਮੰਜੇ 'ਚ ਬੈਠੀ ਹੈ ਜੀ। ਸੋ ਜਿਵੇਂ ਕਿ ਵੀਰ ਦਾ ਵੀ ਇਹੀ ਕਹਿਣਾ ਕਿ ਪਰਿਵਾਰ ਦੀ ਕੋਈ ਨਾ ਕੋਈ ਮਦਦ ਕੀਤੀ ਜਾਵੇ ਤਾਂ ਕਿ ਇਹਨਾਂ ਦਾ ਜਿਹੜਾ ਗੁਜ਼ਾਰਾ ਚੱਲ ਸਕੇ।